सत श्री अकाल दोस्तों, पंजाब वेदर न्यूज़ यूट्यूब चैनल में तुहाडा सारिआं दा स्वागत है जी। गल करांगे 27 मई दीआं सूबे पंजाब दीआं खबरां बारे। पहली खबर दोस्तों, टोल प्लाजा ते लगी वाहनां दी 100 मीटर लंबी लाइन तां नहीं लगेगा टैक्स। 10 सैकेंड च टोल टैक्स वसूली लई नवे मापदंड तय। टोल टैक्स भुगतान करन दे बावजूद टोल प्लाजा ते जाम च फसण वाले करोड़ां सड़क यात्रियों लई राहत भरी खबर। टोल प्लाजा ते जेकर वाहनां दी 100 मीटर लंबी लाइन लगती है तां उन्हां तों टोल टैक्स नहीं लिया जाएगा। इस लई टोल प्लाजा तों 100 मीटर की दूरी ते सड़क ते एक पीली पट्टी का निशान लाया जाएगा। जदों तक वाहनां दी लाइन इस पीली पट्टी तक रहेगी उदों तक सारे वाहन बगैर टोल टैक्स दिते टोल बैरियर पार करते रहेंगे। केंद्र सरकार ने टोल प्लाजा की हरेक टोल लैन से 10 सैकेंड च टोल टैक्स वसूलने लिए नवे मापदंड तय कर दिए हैं। भारतीय राष्ट्रीय सड़क आवाजाई अथॉरिटी के प्रधान संजय कुमार पटेल ने 24 मई को टोल प्लाजा प्रबंधन नीति दिशा निर्देश 2021 जारी कर दिए हैं। अगली खबर दोस्तों, पंजाब च 1 लाख लोगों को मिलनगियां सरकारी नौकरियां। कैप्टन ने प्रक्रिया तेज करने के दिए हुक्म। पंजाब के मुख्यमंत्री कैप्टन अमरिंदर सिंह ने रोजगार जनरेशन ਅਤੇ ਸਿਖਲਾਈ ਵਿਭਾਗ ਨੂੰ 1 ਲੱਖ ਸਰਕਾਰੀ ਨੌਕਰੀਆਂ ਜਲਦ ਤੋਂ ਜਲਦ ਦੇਣ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਿਆਂ ਇਸ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕਿਹਾ। ਰੁਜ਼ਗਾਰ ਪੈਦਾਵਾਰ ਅਤੇ ਸਿਖਲਾਈ ਵਿਭਾਗ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਵਿਭਾਗ ਨੂੰ ਮਾਰਚ 2017 ਤੋਂ ਸਰਕਾਰੀ ਪ੍ਰਾਈਵੇਟ ਸੈਕਟਰ ਤੋਂ ਇਲਾਵਾ ਸਵੈ ਰੁਜ਼ਗਾਰ 'ਚ 17.61 ਲੱਖ ਨੌਕਰੀਆਂ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਕੋਵਿਡ-19 ਦੇ ਮੁਸ਼ਕਲ ਸਮੇਂ ਦੀ ਕੋਸ਼ਿਸ਼ ਦੀ ਪ੍ਰਸ਼ੰਸਾ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੁਜ਼ਗਾਰ ਜਨਰੇਸ਼ਨ ਅਤੇ ਸਿਖਲਾਈ ਵਿਭਾਗ ਨੂੰ ਹੁਨਰ ਵਿਕਾਸ ਸਿਖਲਾਈ ਤੇ ਵਿਸ਼ੇਸ਼ ਜ਼ੋਰ ਦੇਣ ਲਈ ਕਿਹਾ। ਅਗਲੀ ਖਬਰ ਦੋਸਤੋ, ਲੁਧਿਆਣਾ 'ਚ ਵੀਰਵਾਰ ਤੋਂ ਦੁਕਾਨਾਂ ਸਵੇਰ 5 ਵਜੇ ਤੋਂ ਦੁਪਹਿਰ 3 ਵਜੇ ਤੱਕ ਖੋਲ੍ਹਣ ਦਾ ਫੈਸਲਾ। ਕੋਰੋਨਾ ਮਾਮਲੇ ਘੱਟ ਹੋਣ ਕਰਕੇ ਜ਼ਿਲ੍ਹਾ ਲੁਧਿਆਣਾ ਵਿੱਚ ਵੀਰਵਾਰ 27 ਮਈ ਤੋਂ ਦੁਕਾਨਾਂ, ਨਿੱਜੀ ਦਫ਼ਤਰ ਅਤੇ ਸਾਰੇ ਨਿੱਜੀ ਅਦਾਰੇ ਸਵੇਰ 5 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹ ਸਕਣਗੇ। ਇਹ ਹੁਕਮ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਜਾਰੀ ਕੀਤੇ ਗਏ ਹਨ। ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਹੁਕਮ ਜਾਰੀ ਕਰਦਿਆਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਜੋ ਦੁਕਾਨ, ਨਿੱਜੀ ਦਫ਼ਤਰ ਅਤੇ ਹੋਰ ਅਦਾਰੇ ਸਵੇਰ 5 ਵਜੇ ਤੋਂ ਦੁਪਹਿਰ 1 ਵਜੇ ਤੱਕ ਖੁੱਲ੍ਹਦੇ ਸਨ, ਉਹ ਵੀਰਵਾਰ ਤੋਂ ਹੁਣ 2 ਘੰਟੇ ਹੋਰ ਵਧਾ ਕੇ ਸਵੇਰ 5 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਅਗਲੀ ਖਬਰ ਦੋਸਤੋ, ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਅਣਮਿੱਥੇ ਸਮੇਂ ਲਈ ਸਮੂਹਿਕ ਛੁੱਟੀ ਤੇ ਜਾਣ ਦਾ ਫੈਸਲਾ। ਮੰਗਾਂ ਨੂੰ ਲੈ ਕੇ ਪਿਛਲੇ 3 ਦਿਨਾਂ ਤੋਂ ਸਮੂਹਿਕ ਛੁੱਟੀ ਲੈ ਕੇ ਕੰਮ ਕਾਜ ਠੱਪ ਕਰਨ ਵਾਲੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਹੁਣ ਅਣਮਿੱਥੇ ਸਮੇਂ ਲਈ ਸੂਬੇ ਭਰ ਵਿੱਚ ਕੰਮ ਕਾਜ ਠੱਪ ਕਰਨ ਦਾ ਫੈਸਲਾ ਕੀਤਾ। ਇਹ ਫੈਸਲਾ ਬੁੱਧਵਾਰ ਸ਼ਾਮ ਹੋਈ ਮੁਲਾਜ਼ਮ ਜਥੇਬੰਦੀਆਂ ਦੀ ਵਰਚੁਅਲ ਮੀਟਿੰਗ ਵਿੱਚ ਆਗੂਆਂ ਵੱਲੋਂ ਕੀਤਾ ਗਿਆ। ਅਗਲੀ ਖਬਰ ਦੋਸਤੋ, JEE ਐਡਵਾਂਸ 2021 ਮੁਲਤਵੀ। IIT ਖੜਗਪੁਰ ਨੇ ਬੁੱਧਵਾਰ ਨੂੰ JEE ਐਡਵਾਂਸ 2021 ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ। ਇਹ ਫੈਸਲਾ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਸਾਵਧਾਨੀ ਦੇ ਤੌਰ 'ਤੇ ਲਿਆ ਗਿਆ। ਇਸ ਬਾਰੇ ਇੱਕ ਨੋਟਿਸ JEE ਐਡਵਾਂਸ ਦੀ ਸਰਕਾਰੀ ਵੈਬਸਾਈਟ JEE.ADV.AC.IN 'ਤੇ ਵੀ ਅਪਲੋਡ ਕੀਤਾ ਗਿਆ ਹੈ। ਇਸ ਤੋਂ ਪਹਿਲਾਂ JEE ਐਡਵਾਂਸ 2021 ਦੀ ਪ੍ਰੀਖਿਆ 3 ਜੁਲਾਈ 2021 ਨੂੰ ਆਯੋਜਿਤ ਕੀਤੀ ਗਈ ਸੀ। ਅਧਿਕਾਰਿਤ ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਪ੍ਰੀਖਿਆ ਦੀ ਸੁਧਾਰੀ ਤਰੀਕ ਦਾ ਐਲਾਨ ਢੁਕਵੇਂ ਸਮੇਂ 'ਤੇ ਕੀਤਾ ਜਾਵੇਗਾ। JEE ਐਡਵਾਂਸ 2021 ਪ੍ਰੀਖਿਆ ਵਿੱਚ 2 ਪੇਪਰ ਹੁੰਦੇ ਹਨ। ਪੇਪਰ 1 ਸਵੇਰੇ ਦੀ ਸ਼ਿਫਟ ਵਿੱਚ ਸਵੇਰ 9 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਣੀ ਸੀ ਅਤੇ ਪੇਪਰ 2 ਸ਼ਾਮ ਦੀ ਸ਼ਿਫਟ ਵਿੱਚ ਦੁਪਹਿਰ 2:30 ਵਜੇ ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਹੋਣੀ ਸੀ। ਹਾਲਾਂਕਿ ਦੋਵੇਂ ਸ਼ਿਫਟਾਂ ਹੋਣ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਨੋਟੀਫਿਕੇਸ਼ਨ ਮੁਤਾਬਕ JEE ਐਡਵਾਂਸ 2021 ਦੀ ਪ੍ਰੀਖਿਆ ਲਈ ਤਾਜ਼ਾ ਸ਼ਡਿਊਲ ਇੱਕ ਨਿਸ਼ਚਿਤ ਸਮੇਂ 'ਤੇ ਸੂਚਿਤ ਕੀਤਾ ਜਾਵੇਗਾ। ਅਗਲੀ ਖਬਰ ਦੋਸਤੋ, ਡੇਰਾ ਪ੍ਰੇਮੀਆਂ ਦੇ ਹੈਰਾਨੀਜਨਕ ਪ੍ਰਗਟਾਵੇ, ਭੜਕਾਊ ਪੋਸਟਰ ਲਿਖਣ ਅਤੇ ਲਾਉਣ ਤੋਂ ਇਲਾਵਾ ਕਬੂਲੇ ਕਈ ਸੱਚ। ਬੀਤੇ ਦਿਨੀ SIT ਵੱਲੋਂ ਅਦਾਲਤ ਵਿੱਚ ਡੇਰਾ ਪ੍ਰੇਮੀ ਰਣਜੀਤ ਸਿੰਘ ਉਰਫ ਭੋਲਾ ਅਤੇ ਸ਼ਕਤੀ ਸਿੰਘ ਨੂੰ ਪੇਸ਼ ਕਰਨ ਉਪਰੰਤ 2 ਦਿਨ ਦੇ ਪੁਲਿਸ ਰਿਮਾਂਡ 'ਤੇ ਲਏ ਦੋਵਾਂ ਡੇਰਾ ਪ੍ਰੇਮੀਆਂ ਤੋਂ ਪੁੱਛਗਿੱਛ ਦੌਰਾਨ ਹੈਰਾਨੀਜਨਕ ਪ੍ਰਗਟਾਵੇ ਹੋਏ ਹਨ। ਡੇਰਾ ਪ੍ਰੇਮੀਆਂ ਨੇ ਭੜਕਾਊ ਪੋਸਟਰ ਲਾਉਣ ਲਈ ਖਰੀਦੀ ਸਮੱਗਰੀ ਲਿਖਣ ਅਤੇ ਲਾਉਣ ਬਾਰੇ ਸਭ ਕੁਝ ਪ੍ਰਵਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਹੱਥ ਲਿਖਤ ਭੜਕਾਊ ਪੋਸਟਰ ਲਾਉਣ ਦੇ ਸੰਬੰਧ 'ਚ ਥਾਣਾ ਬਾਜਾਖਾਨਾ ਵਿਖੇ 25 ਸਤੰਬਰ
ਦਸੰਬਰ 2015 ਨੂੰ FIR ਨੰਬਰ 117 ਦਰਜ ਹੋਈ ਸੀ। SIT ਨੇ ਅਦਾਲਤ ਤੋਂ ਉਕਤ ਮਾਮਲੇ ਵਿੱਚ ਦੋ ਡੇਰਾ ਪ੍ਰੇਮੀਆਂ ਸ਼ਕਤੀ ਸਿੰਘ ਅਤੇ ਰਣਜੀਤ ਸਿੰਘ ਭੋਲਾ ਦਾ ਰਿਮਾਂਡ ਪ੍ਰਾਪਤ ਕੀਤਾ ਸੀ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਬਰਗਾੜੀ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਤੇ ਇੱਕ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰੇ ਦੀ ਕੰਧ ਤੇ ਦੋ ਹੱਥ ਲਿਖਤ ਪੋਸਟਰ ਉੱਪਰ ਪਿੰਡਰਾਂ ਵਾਲੇ ਢੱਡਰੀਆਂ ਅਤੇ ਦਾਦੂਵਾਲ ਦਾ ਨਾਂ ਲਿਖ ਕੇ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਡੇਰਾ ਪ੍ਰੇਮੀਆਂ ਨੇ ਪ੍ਰਵਾਨ ਕੀਤੀ ਸੀ ਕਿ ਤੁਸੀਂ ਸਾਡੇ ਬਾਬੇ ਦੀ MSG ਫਿਲਮ ਨਹੀਂ ਚੱਲਣ ਦਿੱਤੀ, ਇਸ ਲਈ ਅਸੀਂ ਤੁਹਾਡਾ ਵੱਡਾ ਗੁਰੂ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਨੂੰ ਲੱਭਣ ਵਾਲੇ ਨੂੰ ਅਸੀਂ ਡੇਰਾ ਸਲਾਬਤਪੁਰ ਵਿਖੇ 10 ਲੱਖ ਰੁਪਏ ਨਗਦ ਇਨਾਮ ਦੇ ਕੇ ਸਨਮਾਨਿਤ ਕਰਾਂਗੇ। ਜੇਕਰ ਸਾਡੇ ਬਾਬੇ ਦੀ ਫਿਲਮ ਚੱਲਣ ਵਿੱਚ ਵਿਘਨ ਪਾਇਆ ਤਾਂ ਅਸੀਂ ਤੁਹਾਡੇ ਸਾਰੇ ਗ੍ਰੰਥ ਸਾੜ ਦਿਆਂਗੇ। ਜਿਹੜਾ ਤੁਹਾਡਾ ਵੱਡਾ ਗੁਰੂ ਆਪਣਾ ਬਚਾਅ ਨਹੀਂ ਕਰ ਸਕਦਾ, ਉਹ ਕਿਸੇ ਹੋਰ ਦਾ ਬਚਾਅ ਕਿਵੇਂ ਕਰੇਗਾ। SIT ਨੇ ਬੁੱਧਵਾਰ ਬਰਗਾੜੀ ਅਤੇ ਬੁਰਜ ਜਵਾਹਰ ਸਿੰਘ ਵਾਲਾ ਦੀ ਨਿਸ਼ਾਨਦੇਹੀ ਕਰਵਾਈ ਅਤੇ ਉਸ ਤੋਂ ਬਾਅਦ ਡੇਰਾ ਪ੍ਰੇਮੀਆਂ ਸ਼ਕਤੀ ਅਤੇ ਰਣਜੀਤ ਨੂੰ ਗੋਪਾਲ ਬੁੱਕ ਡਿਪੂ ਬੱਸ ਅੱਡਾ ਬਰਗਾੜੀ ਵਿਖੇ ਲੈ ਕੇ ਗਏ, ਜਿੱਥੋਂ ਉਹਨਾਂ ਹੱਥ ਲਿਖਤ ਪੋਸਟਰ ਲਿਖਣ ਲਈ ਕਾਗਜ਼ ਅਤੇ ਮਾਰਕਰ ਖਰੀਦਿਆ। ਦੁਕਾਨ ਮਾਲਕ ਗੋਪਾਲ ਕ੍ਰਿਸ਼ਨ ਨੇ ਵੀ ਡੇਰਾ ਪ੍ਰੇਮੀਆਂ ਦੀ ਸ਼ਨਾਖਤ ਕੀਤੀ। ਡੇਰਾ ਪ੍ਰੇਮੀਆਂ ਨੇ ਮੰਨਿਆ ਕਿ ਸੰਨੀ ਕੰਡੇ ਅਤੇ ਭੋਲੇ ਨੇ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਦੀ ਕੰਧ ਤੇ 24 ਅਤੇ 25 ਸਤੰਬਰ ਦੀ ਦਰਮਿਆਨ ਰਾਤ ਨੂੰ ਦੋ ਹੱਥ ਲਿਖਤ ਭੜਕਾਊ ਪੋਸਟਰ ਲਾਏ, ਜਦਕਿ ਸ਼ਕਤੀ ਅਤੇ ਬਲਜੀਤ ਨੇ ਉਕਤ ਭੜਕਾਊ ਪੋਸਟਰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੀ ਕੰਧ ਤੇ ਲਾਏ ਸਨ। ਅਗਲੀ ਖਬਰ ਦੋਸਤੋ, ਵੈਕਸੀਨ ਦੇ ਸਰਟੀਫਿਕੇਟ ਤੋਂ ਹਟੀ PM ਮੋਦੀ ਦੀ ਫੋਟੋ। ਜਿੱਥੇ ਪੂਰਾ ਦੇਸ਼ ਕੋਰੋਨਾ ਵਾਇਰਸ ਦੀ ਘਾਟ ਵਿੱਚੋਂ ਗੁਜ਼ਰ ਰਿਹਾ ਹੈ, ਉੱਥੇ ਹੀ ਦੇਸ਼ ਵਿੱਚ ਨੌਜਵਾਨਾਂ ਨੂੰ ਵੈਕਸੀਨ ਲਗਾਉਣ ਦਾ ਕੰਮ ਵੀ ਜ਼ੋਰਾਂ ਨਾਲ ਚੱਲ ਰਿਹਾ ਹੈ। ਪੰਜਾਬ ਸਰਕਾਰ ਨੇ ਕਥਿਤ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਨੂੰ 18 ਤੋਂ 45 ਉਮਰ ਵਰਗ ਦੇ ਲਾਭਪਾਤਰੀਆਂ ਨੂੰ ਜਾਰੀ ਟੀਕਾਕਰਨ ਸਰਟੀਫਿਕੇਟ ਤੋਂ ਹਟਾ ਦਿੱਤਾ। ਦੇਖਿਆ ਗਿਆ ਕਿ ਲਾਭਪਾਤਰੀਆਂ ਨੂੰ ਦਿੱਤਾ ਗਿਆ ਵੈਕਸੀਨ ਦਾ ਸਰਟੀਫਿਕੇਟ ਪ੍ਰਧਾਨ ਮੰਤਰੀ ਦੀ ਫੋਟੋ ਤੋਂ ਬਿਨਾਂ ਸੀ। ਇਸ ਬਾਰੇ ਪੰਜਾਬ ਸਰਕਾਰ ਨੇ ਸਪਸ਼ਟ ਕੀਤਾ ਕਿ ਸੂਬਾ ਸਰਕਾਰ ਨੇ 18 ਤੋਂ 45 ਸਾਲ ਦੀ ਉਮਰ ਦੇ ਲੋਕਾਂ ਲਈ ਵੈਕਸੀਨ ਦੇ ਟੀਕੇ ਸਿੱਧੇ ਤੌਰ ਉੱਤੇ ਸਪਲਾਇਰ ਤੋਂ ਖਰੀਦੇ ਹਨ। ਖਾਸ ਗੱਲ ਇਹ ਹੈ ਕਿ ਝਾਰਖੰਡ ਅਤੇ ਛੱਤੀਸਗੜ੍ਹ ਦੀਆਂ ਸਰਕਾਰਾਂ ਪਹਿਲਾਂ ਹੀ ਪ੍ਰਧਾਨ ਮੰਤਰੀ ਦੀ ਫੋਟੋ ਦੀ ਥਾਂ ਆਪਣੇ ਮੁੱਖ ਮੰਤਰੀਆਂ ਦੀਆਂ ਫੋਟੋਆਂ ਲਾ ਚੁੱਕੀਆਂ ਹਨ। ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਕਿਹਾ, ਅਸੀਂ ਟੀਕਾ ਸਪਲਾਇਰਾਂ ਤੋਂ 18 ਤੋਂ 45 ਸਾਲ ਦੇ ਸਮੂਹ ਲਈ ਸਿੱਧੀ ਖਰੀਦੀ ਹੈ। ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ 45 ਸਾਲ ਤੋਂ ਵੱਧ ਲਾਭਪਾਤਰੀਆਂ ਲਈ ਟੀਕੇ ਮੁਹੱਈਆ ਕਰਵਾਏ ਗਏ ਸਨ। ਉਹਨਾਂ ਕਿਹਾ ਕਿ ਕਿਉਂਕਿ ਰਾਜ ਸਰਕਾਰ ਆਪਣੇ ਆਪ ਟੀਕੇ ਖਰੀਦ ਰਹੀ ਹੈ, ਇਹ ਪ੍ਰਧਾਨ ਮੰਤਰੀ ਦੀ ਫੋਟੋ ਨੂੰ ਟੀਕਾਕਰਨ ਸਰਟੀਫਿਕੇਟ ਤੋਂ ਹਟਾਉਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਟੀਕਿਆਂ ਦੀ ਘੱਟ ਸਪਲਾਈ ਬਾਰੇ ਲੋਕਾਂ ਨੂੰ ਸਪਸ਼ਟ ਤੌਰ ਤੇ ਦੱਸਿਆ ਸੀ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ GB ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੋਟੋ ਸਰਟੀਫਿਕੇਟ ਉੱਤੇ ਨਹੀਂ ਹੈ, ਕਿਉਂਕਿ ਟੀਕਾ ਰਾਜ ਸਰਕਾਰ ਆਪਣੇ ਵੱਲੋਂ ਖਰੀਦ ਰਹੀ ਹੈ। ਅਗਲੀ ਖਬਰ ਦੋਸਤੋ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੀਤਾ ਵੱਡਾ ਐਲਾਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਦੇ ਜਥੇਬੰਧਕ ਢਾਂਚੇ ਵਿੱਚ ਵਾਧਾ ਕਰਦਿਆਂ 1 ਸੀਨੀਅਰ ਮੀਤ ਪ੍ਰਧਾਨ, 3 ਜਨਰਲ ਸਕੱਤਰਾਂ ਅਤੇ 36 ਮੀਤ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ। ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਦਾਰ ਸੁਰਜੀਤ ਸਿੰਘ ਕੋਹਲੀ ਨੂੰ ਪਾਰਟੀ ਦਾ ਸੀਨੀਅਰ ਮੀਤ ਪ੍ਰਧਾਨ, ਸਰਦਾਰ ਹਰਭਜਨ ਸਿੰਘ, ਸਰਦਾਰ ਇੰਦਰਮੋਹਨ ਸਿੰਘ ਬਜਾਜ ਅਤੇ ਸਰਦਾਰ ਸਰਬਜੀਤ ਸਿੰਘ ਮੱਕੜ ਨੂੰ ਦਲ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ। ਅਗਲੀ ਖਬਰ ਦੋਸਤੋ, ਹਾਲਾਤ ਵਿਗੜਦੇ ਦੇਖ ਕੈਪਟਨ ਦਾ ਬੈਕ ਗੇਅਰ, ਹਾਈਕਮਾਨ ਦੇ ਫੈਸਲੇ ਤੋਂ ਪਹਿਲਾਂ ਚੁੱਕਿਆ ਵੱਡਾ ਕਦਮ। ਪੰਜਾਬ ਕਾਂਗਰਸ 'ਚ ਪਿਛਲੇ ਕੁਝ ਦਿਨਾਂ ਤੋਂ ਹੰਗਾਮਾ ਚੱਲ ਰਿਹਾ ਹੈ। ਪਾਰਟੀ ਹਾਈਕਮਾਨ ਵੱਲੋਂ ਇਸ ਮਾਮਲੇ 'ਚ ਕੋਈ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਖੇਮੇ ਨੇ ਡੈਮੇਜ ਕੰਟਰੋਲ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਨਾਰਾਜ਼ ਵਿਧਾਇਕ ਨਵਜੋਤ ਸਿੰਘ ਸਿੱਧੂ ਖਿਲਾਫ਼ ਵਿਜੀਲੈਂਸ ਜਾਂਚ ਤੇ ਮੰਤਰੀ ਚਰਨਜੀਤ ਚੰਨੀ ਖਿਲਾਫ਼ ਮੀਟੂ ਕੇਸ 'ਚ ਕਾਰਵਾਈ ਟਾਲ ਦਿੱਤੀ ਗਈ ਹੈ। ਪ੍ਰਦੇਸ਼ ਕਾਂਗਰਸ ਦੇ ਦਿੱਗਜਾਂ ਨੇ ਇਹ ਵੀ ਫੈਸਲਾ ਲਿਆ ਹੈ ਕਿ ਨਾਰਾਜ਼ ਵਿਧਾਇਕਾਂ ਤੇ ਮੰਤਰੀਆਂ ਨੂੰ ਭੜਕਾਉਣ ਲਈ ਕੋਈ ਕਦਮ ਨਾ ਚੁੱਕਿਆ ਜਾਵੇ ਤੇ ਪਾਰਟੀ ਹਾਈਕਮਾਨ ਵੱਲੋਂ ਲਏ ਜਾਣ ਵਾਲੇ ਫੈਸਲਿਆਂ ਦੀ ਉਡੀਕ ਕੀਤੀ ਜਾਵੇ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਕਿ ਕਿਸੇ ਵੀ ਪਾਰਟੀ ਨੇਤਾ ਵਿਰੁੱਧ ਕੋਈ ਕਾਰਵਾਈ ਜਾਂ ਜਾਂਚ ਨਹੀਂ ਕੀਤੀ ਜਾ ਰਹੀ। ਇਹ ਫੈਸਲਾ ਕੈਪਟਨ ਖੇਮੇ ਨੇ ਨਾਰਾਜ਼ ਵਿਧਾਇਕਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਲਿਆ ਹੈ। ਅਗਲੀ ਖਬਰ ਦੋਸਤੋ, 28 ਮਈ ਨੂੰ ਪਟਿਆਲਾ ਅਤੇ ਦਿੱਲੀ ਮੋਰਚੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਪਹੁੰਚਣ ਦਾ ਸੱਦਾ।
दिल्ली विखे खेती बिलों खिलाफ दिल्ली के बार्डर से चल रहे किसान संघर्ष में 6 महीने पूरे होण अते मोदी हुकूमत वालों सत्ता विच 7 साल पूरे करन मौके संयुक्त किसान मोर्चे वालों दिते काला दिवस मनाउण दे सद्दे ते ब्लाक निहाल सिंह वाला दे 2 दर्जन पिंडां विच केंद्र सरकार कारपोरेट घराणियां अते पंजाब सरकार दीआं आरतीआं साड़ियां गईआं। प्रैस दे नां बयान जारी करदिआं ब्लाक जनरल सकत्तर बूटा सिंह भागीके ने कहा कि मोदी हुकूमत ने कोरोना संकट के बहाने मुल्क के मेहनतकश लोगों से अनेक हमले किए हैं। किसानी समेत मुल्क के कुल लोगों से खेती बिलों का कुहाड़ा वाया है। मजदूरों विरुद्ध और कारपोरेट पक्षी लेबर कोड लागू किए हैं। कुलदीप कौर ने कहा कि सरकार ने कोरोना बीमारी की ओट में हर खेत्र में लोगों विरुद्ध और कारपोरेट पक्षी अखौती सुधारों धड़ल्ले अगे वधाया है। कोरोना महामारी को हाथ आए मौके वजो वरत्या है, पर इस बीमारी तो लोगों के बचाव हित ना ही मोदी हुकूमत ना ही पंजाब सरकार ने ठोस कदम चुके हैं। कोरोना महामारी की पहली लहर दौरान किरती लोगों ने अंत की बदजनी झली है। बीमारी भुख और बद इंतजाम कारण अनेक बेशकीमती जाना अजाई चलिया गई हैं। इस समय सरकार वालों सेहत सहूलत से लोगों की मुढ़लिया जरूरत की पूर्ति की थान जबरी लॉकडाउन से पुलिस सख्ती राही कोरोना भजाने का अमल विड़िया है। इंद्र मोहन पत्तो ने कहा कि मुल्क के कारपोरेट घराणियों की आमदन कोरोना काल दौरान छड़प्पे मार के वधी है, पर किरती लोगों को रोटी नसीब नहीं हो रही। लोगों की सीधी लुट के नाल नाल सरकारी खजाने में करोड़ों के आर्थिक पैकेज राही भी कारपोरेटा गफ्फे वंडे गए हैं, पर इस दूसरी लहर दौरान मुल्क के लखां लोग दवाइया बैड एंबूलेंस ऑक्सीजन या वेंटीलेटर वर्गिया मुढ़लिया सहूलत ना मिलन कारण मौत के मुँह जा पे हैं। पटियाला विखे 28 मई तो 30 मई तक दिन रात के लग रहे धरने में वध तो वध लोगों को पहुंचने का सद्दा दिता गया। जिला प्रधान अमरजीत सिंह सैदोके ने कहा कि इन्हां धरनों दौरान कोरोना सावधानियां जिवें मास्क पा के रखना, हाथ सैनेटाइजर करने, दूरी बना के रखनी, हरेक कोल पानी की बोतल होनी आदि गल्लां का ध्यान रखना यकीनी बनाया जाए। अगली खबर दोस्तों, मानसा के फौजी की मौत तो पहलां दी ऑडियो ने देश च लियांदा भूचाल। मानसा के फौजी जवान वालों राजस्थान के सूरतगढ़ में खुदकुशी करने के मामले में फौजी जवान प्रभदयाल सिंह की एक ऑडियो सामने आई है जो उस वालों अपनी मौत तो कुछ समा पहला रिकॉर्ड की गई सी। इस ऑडियो में प्रभदयाल सिंह वालों दुखी मन नाल अपनी मां नूं संबोधित हुंदिया आख्या जा रहा कि उसने कदे अपना दुख नहीं दस्या कि ओह किवें रहिंदा है, पर हुण उस पासों होर गुलामी नहीं हुंदी। बस मेरी इन्नी लिखी सी मैं भोग लई पर तू दुखी ना होई। फौजी जवान की इस ऑडियो तो साफ अंदाजा लगाया जा सकता है कि वह अपनी ड्यूटी से तंग परेशान सी, जिस करके उस वालों यह कदम उठाया गया। उधर फौजी जवान प्रभदयाल सिंह दे दादा महेंद्र सिंह नाल जदों गल की गई तो उन्होंने आख्या कि उसके पोते ने आखिरी बार गल करते समय गुलामी की गल की सी, पर वह किस गुलामी की गल करता सी यह उन्होंने समझ में नहीं आ सकिया। इस दे नाल ही उन्होंने यह भी आख्या कि जेकर उन्होंने कुछ शक लग्या तो वह जांच की मंग कर सकते हैं। खैर, फौजी जवान की मृतक देह जल्द ही मानसा के पिंड बुरज हरीके पहुँच जाएगी, उस तो बाद ही पता चल सकेगा कि प्रभदयाल सिंह नाल आखर अजिहा की भाणा वरत्या कि उसने अपनी जान ही दे दित्ती। अगली खबर दोस्तों, केंद्रीय जेल पटियाला नूं लैके वड्डी खबर आई सामने। केंद्रीय जेल पटियाला विचों 27-28 अप्रैल की रात को फरार होए 3 कैदियों के मामले को लेकर पटियाला जेल के 2 सहायक सुपरिटेंडेंटा और वार्डन मुअत्तल कर दिया गया है। मुअत्तली का सामना करने वाले सहायक सुपरिटेंडेंट कुलदीप सिंह, सहायक सुपरिटेंडेंट तरलोचन सिंह और जेल वार्डन संत सिंह शामिल हैं। मुअत्तली की कार्रवाई IG RK अरोड़ा की जांच रिपोर्ट के आधार पर की गई है। 27-28 अप्रैल की रात को फरार होए कैदियों UK तो लिया गया अमृतसर जिले का शेर सिंह भी शामिल है, जिसनों कतल मामले में UK की अदालत वालों 22 साल की कैद की सज़ा सुनाई गई है। वह नशा तस्करी के केस में सज़ा कट रहे इंद्रजीत ध्याना नाल फरार हो गया सी। ध्याने नूं हालांकि हफ्ते मगरों पटियाला पुलिस ने गिरफ्तार कर लिया सी, जबकि बाकी दोवां दी अजे तक तलाश जारी है। इस अंजी हुण तक दी ताज़ तरीन ते मुख खबरां होर खबरां जानने लई चैनल नूं सबसक्राइब करो ते वीडियो नूं अपने दोस्तां ते परिवार नाल शेयर करना ना भुलना। धन्यवाद दोस्तों।